खेती सोध बिल नूं राष्ट्रपति वल्लों दित्ती गई मंजूरी। मुख्यमंत्री कैप्टन अमरिंदर सिंह ने इस फैसले नूं किया मंदभागा। सुखबीर बादल ने भी दित्ते इस ते बयान। शहीद आजम सरदार भगत सिंह दे 113वें जन्मदिन मौके मुख्यमंत्री पंजाब दा खटखट कला दा दौरा अते दूजे पासे पंजाबी गायक ते कलाकार लगा रहे ने बटाला दे विच धरना। श्रोमणी अकाली दल दा बीजेपी नालों अपने आप नूं वक्त करना बनिया पंजाब दी सियासत दा सब तों वड्डा मुद्दा। कई विरोधी नेतावां ने कसे तंज। खेती सोध बिल नूं राष्ट्रपति वल्लों भी मंजूरी दे दित्ती गई। राष्ट्रपति वल्लों ऐतवार दी शाम नूं इह मंजूरी दित्ती गई। तुहानूं दस दईए कि पंजाब अते होर सूबिआं विच इन्हां बिलां दा विरोध हाले भी जारी है। राष्ट्रपति रामनाथ कोविंद वल्लों तीन खेती बिलां नूं ऐतवार शाम नूं मंजूरी दे दित्ती गई है। दस दईए कि इन्हां बिलां दे विरोध च पंजाब भर विच पिछले काफ़ी दिनों तों वड्डे प्रदर्शन हो रहे ने। जिक्रयोग है कि लोक सभा ते राज सभा विच पास होण तों बाद इन्हां बिलां नूं राष्ट्रपति कोल भेज दित्ता गया सी, जिस तों बाद कई विरोधी पार्टियां ने राष्ट्रपति नूं अपील कीती सी कि इन्हां बिलां नूं मंजूरी ना दित्ती जावे, पर इस दे बावजूद राष्ट्रपति वल्लों इन्हां खेती बिलां नूं ऐतवार शाम नूं मंजूरी दे दित्ती गई है। दस दईए कि इन्हां खेती बिलां दे विरोध दे विच ही हरसिमरत बादल वल्लों केंद्रीय कैबिनेट तों अस्तीफा दे दित्ता गया सी ते नाल ही अकाली दल वल्लों भाजपा नाल अपना गठजोड़ भी तोड़ लिया गया सी। राष्ट्रपति द्वारा खेती बिलां नूं दित्ती मंजूरी नूं पंजाब दे मुख्यमंत्री कैप्टन अमरिंदर सिंह ने मंदभागा दस्सिया है अते नाल ही भरोसा दिवांदे होए कहा है कि पंजाब सरकार किसानां दे हितां लई हर संभव कदम चुकेगी। ਭਾਰੀ ਵਿਰੋਧ ਦੇ ਚਲਦਿਆਂ ਰਾਸ਼ਟਰਪਤੀ ਨੇ ਤਿੰਨੇ ਖੇਤੀ ਬਿੱਲਾਂ ਤੇ ਮੋਹਰ ਲਾ ਦਿੱਤੀ ਹੈ। ਖੇਤੀ ਬਿੱਲਾਂ ਪ੍ਰਤੀ ਰਾਸ਼ਟਰਪਤੀ ਦੀ ਸਹਿਮਤੀ ਨੂੰ ਮਦਭਾਗਾ ਦੱਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਰਾਜ ਦੇ ਕਾਨੂੰਨਾਂ ਵਿੱਚ ਸੰਭਾਵਿਤ ਸੋਧਾਂ ਸਮੇਤ ਸਾਰੇ ਵਿਕਲਪਾਂ ਦੀ ਪੜਤਾਲ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅੱਗੇ ਆਉਣ ਵਾਲੇ ਰਸਤੇ ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਕਿਸਾਨ ਸੰਗਠਨਾਂ ਅਤੇ ਹੋਰ ਹਿੱਸੇਦਾਰਾਂ ਨੂੰ ਭਰੋਸੇ ਵਿੱਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਭਾਅ ਤੇ ਕੋਈ ਸਮਝੌਤਾ ਕੀਤੇ ਬਿਨਾਂ ਕਿਸਾਨਾਂ ਦੇ ਹਰ ਇੱਕ ਅਨਾਜ ਦੀ ਖਰੀਦ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਕਾਨੂੰਨੀ ਅਤੇ ਖੇਤੀਬਾੜੀ ਮਾਹਰਾਂ ਅਤੇ ਉਨ੍ਹਾਂ ਸਾਰਿਆਂ ਨਾਲ ਜੋ ਕੇਂਦਰ ਸਰਕਾਰ ਦੇ ਕਾਨੂੰਨਾਂ ਨਾਲ ਪ੍ਰਭਾਵਿਤ ਹੋਏ ਨੇ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ ਤਾਂ ਜੋ ਭਵਿੱਖ ਦੀ ਕਾਰਵਾਈ ਦਾ ਫੈਸਲਾ ਲਿਆ ਜਾ ਸਕੇ। ਰਾਸ਼ਟਰਪਤੀ ਵੱਲੋਂ ਬਿੱਲਾਂ ਨੂੰ ਮਨਜ਼ੂਰੀ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਰਾਸ਼ਟਰਪਤੀ ਨੇ ਪੰਜਾਬੀਆਂ ਵੱਲੋਂ ਚੁੱਕੀ ਆਵਾਜ਼ ਵੱਲ ਧਿਆਨ ਨਹੀਂ ਦਿੱਤਾ। ਖੇਤੀ ਬਿੱਲ ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਦਰਜਾ ਨਾ ਦੇਣ ਵਾਲੇ ਬਿੱਲਾਂ ਉੱਪਰ ਦਸਤਖਤ ਕਰ ਦਿੱਤੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਤਿੰਨ ਖੇਤੀ ਬਿੱਲਾਂ ਨੂੰ ਮਨਜ਼ੂਰੀ ਦੇਣ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਬਿਆਨ ਆਇਆ ਹੈ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਰਾਸ਼ਟਰਪਤੀ ਜੀ ਨੇ ਕਿਸਾਨਾਂ ਅਤੇ ਪੰਜਾਬੀਆਂ ਦੀਆਂ ਕੁਰਲਾਹਟਾਂ ਵੱਲ ਧਿਆਨ ਦੇਣ ਤੋਂ ਪਾਸਾ ਵੱਟ ਲਿਆ ਹੈ ਅਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਦੇ ਬਿੱਲ ਤੇ ਦਸਤਖਤ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਦੇਸ਼ ਦਾ ਜ਼ਮੀਰ ਬਣ ਭੂਮਿਕਾ ਨਿਭਾਉਣ ਅਤੇ ਬਿੱਲਾਂ ਨੂੰ ਵਾਪਸ ਸੰਸਦ 'ਚ ਭੇਜੇ ਜਾਣ ਦੀਆਂ ਉਮੀਦਾਂ ਆਖਰ ਟਾਹ ਟੇਰੀ ਹੋ ਗਈਆਂ ਨੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਕਿਸਾਨ ਭਾਈਚਾਰੇ ਲਈ ਅੱਜ ਕਾਲਾ ਦਿਨ ਹੈ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਅੱਜ 113ਵਾਂ ਜਨਮ ਦਿਨ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚਣਗੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਅੱਜ 113ਵਾਂ ਜਨਮ ਦਿਨ ਹੈ। ਇਸ ਮੌਕੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪ੍ਰੋਗਰਾਮ ਉਲੀਕੇ ਗਏ ਨੇ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਹੇ ਨੇ, ਜਿਸ ਦੀ ਸਾਰੀ ਕਵਰੇਜ ਲਾਈਵ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ਉੱਪਰ ਵਿਖਾਈ ਜਾਵੇਗੀ। ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਵਿੱਚ ਹੋਇਆ ਸੀ। ਖਟਕੜ ਕਲਾਂ ਵਿੱਚ ਉਹਨਾਂ ਦਾ ਜੱਦੀ ਘਰ ਅੱਜ ਵੀ ਮੌਜੂਦ ਹੈ, ਜਿਸ ਨੂੰ ਪੂਰੀ ਦੇਖ ਰੇਖ ਵਿੱਚ ਰੱਖਿਆ ਗਿਆ ਹੈ। ਦੱਸ ਦਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਖਟਕੜ ਕਲਾਂ ਪਹੁੰਚ ਰਹੇ ਨੇ। ਖੇਤੀ ਸੋਧ ਕਾਨੂੰਨ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਮਿਲ ਗਈ ਹੈ, ਜਿਸ ਦੇ ਰੋਸ ਵਜੋਂ ਪੰਜਾਬ ਦੇ ਉੱਘੇ ਗਾਇਕ ਅਤੇ ਕਲਾਕਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਬਟਾਲਾ ਦੇ VMS ਕਾਲਜ ਪਹੁੰਚਣਗੇ ਅਤੇ ਖੇਤੀ ਸੋਧ ਬਿੱਲਾਂ ਦਾ ਵਿਰੋਧ ਕਰਨਗੇ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬੀ ਗਾਇਕ ਤੇ ਕਲਾਕਾਰ ਬਟਾਲਾ ਦੇ VMS ਕਾਲਜ ਵਿੱਚ ਪਹੁੰਚ ਰਹੇ ਨੇ। ਦੱਸ ਦਈਏ ਕਿ ਇਹ ਕਲਾਕਾਰ ਖੇਤੀ ਸੋਧ ਬਿੱਲਾਂ ਦੇ ਖਿਲਾਫ ਧਰਨਾ ਲਗਾਉਣ ਲਈ ਇੱਥੇ ਪਹੁੰਚ ਰਹੇ ਨੇ। ਇਸ ਦੀ ਜਾਣਕਾਰੀ ਉਹਨਾਂ ਇੱਕ ਪੋਸਟਰ ਰਾਹੀਂ ਦਿੱਤੀ, ਜਿਸ ਵਿੱਚ ਲਿਖਿਆ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਰਾ ਬੁਲੰਦ ਕਰੀਏ, ਪਗੜੀ ਸੰਭਾਲੋ ਜੱਟਾ, ਜੈ ਜਵਾਨ ਤੇ ਜੈ ਕਿਸਾਨ ਵਰਗੇ ਨਾਰੇ ਲਗਾਏ। ਇਸ ਮੌਕੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ, ਗਾਇਕ ਹਰਭਜਨ ਮਾਨ, ਰਣਜੀਤ ਬਾਵਾ, ਐਮੀ ਵਿਰਕ, ਕੁਲਵਿੰਦਰ ਬਿੱਲਾ, ਰਵਿੰਦਰ ਗਰੇਵਾਲ, ਹਰਜੀਤ ਹਰਮਨ, ਤਰਸੇਮ ਜੱਸੜ, ਕਨਵਰ ਗਰੇਵਾਲ, ਦੀਪ ਸਿੱਧੂ, ਸਿੱਪੀ ਗਿੱਲ, ਜਸ ਬਾਵਾ, ਜੋਰਡਨ ਸੰਧੂ ਅਤੇ ਹੋਰ ਨਾਮੀ ਕਲਾਕਾਰ ਪਹੁੰਚ ਰਹੇ ਨੇ। ਸਰਦਾਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦਾ ਜਨਮ ਦਿਨ ਤੇ ਜਨਮ ਦਿਨ ਦੇ ਉੱਤੇ ਜਿੱਦਾਂ ਕਿ ਪੰਜਾਬ ਦੇ ਵਿੱਚ ਪਿਛਲੇ 2 ਹਫ਼ਤਿਆਂ ਤੋਂ ਜਿਹੜੇ ਆ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਆ
ਇਹਨਾਂ ਕਾਲੇ ਜਿਹੜੇ ਬਿੱਲ ਇਹਨਾਂ ਨੇ ਵਿਰੋਧ ਬਿੱਲ ਦੇ ਵਿਰੋਧ ਦੇ ਵਿੱਚ ਜਿਹੜੇ ਕਾਲੇ ਬਿੱਲ ਪਾਸ ਕੀਤੇ ਆ ਕਿਸਾਨ ਦੇ ਕਿਸਾਨ ਦੀ ਜਿਹੜੀ ਆ ਮਿਹਨਤ ਨੂੰ ਕਿਸਾਨੀ ਨੂੰ ਖਤਮ ਕਰਨ ਲਈ ਪੰਜਾਬ ਹਰਿਆਣਾ ਦੇ ਵਿੱਚ ਔਰ ਪਿਛਲੇ ਦਿਨਾਂ ਤੋਂ ਜਿੱਦਾਂ ਆਪਾਂ ਦੇਖਿਆ 25 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਚੱਕਾ ਜਾਮ ਹੋਇਆ ਜਿਵੇਂ ਸ਼ੰਭੂ ਬਾਰਡਰ 'ਤੇ ਸਾਡੇ ਵੀਰਾਂ ਨੇ ਇੰਨੇ ਵੱਡੇ ਲੈਵਲ 'ਤੇ ਇਕੱਠ ਕੀਤਾ ਅਸੀਂ ਨਾਭੇ ਦੇ ਵਿੱਚ ਸੀ ਜਾਂ ਮਾਨਸੇ ਦੇ ਵਿੱਚ ਸੀ ਜਾਂ ਪੰਜਾਬ ਦੇ ਵਿੱਚ ਹਰ ਜਗ੍ਹਾ ਜਿੱਥੇ ਵੀ ਇਹ ਸੰਘਰਸ਼ ਜਿਹੜਾ ਚੱਲ ਰਿਹਾ ਆ ਪਹਿਲੀ ਗੱਲ ਤਾਂ ਇਹ ਕਿ ਕਲਾਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਗਰਾਊਂਡ ਲੈਵਲ 'ਤੇ ਆ ਕੇ ਇਸ ਮੁਹਿੰਮ ਦੇ ਨਾਲ ਜੁੜੇ ਆ ਭਾਵੇਂ ਉਹ ਫੀਮੇਲ ਆਰਟਿਸਟ ਆ ਭਾਵੇਂ ਉਹ ਫਿਲਮਾਂ ਦੇ ਆਰਟਿਸਟ ਆ ਭਾਵੇਂ ਉਹ ਸਿੰਗਰ ਆ ਸਾਰਿਆਂ ਭਰਾਵਾਂ ਦਾ ਬਹੁਤ ਧੰਨਵਾਦ ਇਸ ਟਾਈਮ ਇੱਕਜੁੱਟ ਹੋਣ ਦਾ ਵੇਲਾ ਆ ਵੀਰਿਓ ਇਸ ਟਾਈਮ ਕੋਈ ਕਿਸੇ ਦੀ ਵਾਹ ਵਾਹ ਦਾ ਜਾਂ ਕਿਸੇ ਦੇ ਨਾਲ ਨਫ਼ਰਤ ਰੱਖਣ ਦਾ ਟਾਈਮ ਨਹੀਂ ਆ ਵੀ ਫਲਾਣੇ ਨੇ ਕੀ ਕਰਨਾ ਕਿਉਂਕਿ ਮਸਲਾ ਹੀ ਪੰਜਾਬ ਸਾਰੇ ਸਾਂਝੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲੋਂ ਆਪਣੇ ਆਪ ਨੂੰ ਵੱਖ ਕਰਨਾ ਕੱਲ੍ਹ ਸਿਆਸਤ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਰਿਹਾ ਖੇਤੀ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ਾਰਤ 'ਤੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ NDA ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ 22 ਸਾਲ ਪੁਰਾਣਾ ਬੀਜੇਪੀ ਦੇ ਨਾਲ ਆਪਣਾ ਰਿਸ਼ਤਾ ਤੋੜ ਦਿੱਤਾ ਜਿਸ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਇਸ ਸਭ ਦੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬੁਲਾ ਕੇ ਮੀਡੀਆ ਸਾਹਮਣੇ ਰੱਖੀ ਦੱਸ ਦਈਏ ਕਿ ਖੇਤੀ ਸੋਧ ਬਿੱਲ ਜੋ ਕੇਂਦਰ ਦੁਆਰਾ ਪਾਸ ਕੀਤੇ ਗਏ ਹਨ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਹ ਇਲਜ਼ਾਮ ਲਗਾਇਆ ਸੀ ਕਿ NDA ਦਾ ਹਿੱਸਾ ਹੋਣ ਤੇ ਵੀ ਕੇਂਦਰ ਵੱਲੋਂ ਉਹਨਾਂ ਨੂੰ ਇਸ ਬਿੱਲ ਬਾਰੇ ਨਹੀਂ ਪੁੱਛਿਆ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹਨਾਂ ਬਿੱਲਾਂ ਦਾ ਵਿਰੋਧ ਕਰਦਾ ਵਿਖਾਈ ਦਿੱਤਾ ਅਤੇ NDA ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬੈਠ ਕੇ ਫੈਸਲਾ ਕੀਤਾ ਕਿ ਜਿਹੜੀ ਸਰਕਾਰ ਸੈਂਟਰ ਦੀ ਸਰਕਾਰ ਜਿਹੜੀ NDA ਦੀ ਸਰਕਾਰ ਜਿਸ ਨੇ ਆਹ ਜਿਹੜੇ ਤਿੰਨੇ ਆਰਡੀਨੈਂਸ ਲਿਆਂਦੇ ਹੈ ਜਿਹੜੇ ਆਪਣੇ ਪੰਜਾਬ ਵਿਰੋਧੀ ਹੈ ਸਹੀ ਬਣੇ ਤਾਂ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ ਅਸੀਂ ਉਸ ਪਾਰਟੀ ਦੇ ਉਸ NDA ਦਾ ਹਿੱਸਾ ਨਹੀਂ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ BJP ਤੋਂ ਵੱਖ ਹੋਣ ਦੇ ਐਲਾਨ ਕਰਨ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਬਿਆਨ ਦਿੰਦੇ ਕਿਹਾ ਕਿ ਸੁਖਬੀਰ ਬਾਦਲ ਜਿਸ ਨੂੰ ਐਟਮ ਬੰਬ ਸਮਝ ਰਹੇ ਨੇ ਉਹ ਅਸਲ ਦੇ ਵਿੱਚ ਤੁੱਕੀ ਬੰਬ ਹੈ ਗੱਲ ਤਾਂ ਬਣੇਗੀ ਜਦੋਂ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਲੋਕ ਸੰਸਦ ਸੀਟਾਂ ਤੋਂ ਅਸਤੀਫਾ ਦੇਣਗੇ ਜੇ ਬਾਦਲ ਟੱਬਰ 10 ਸਾਲ ਇਮਾਨਦਾਰੀ ਨਾਲ ਪੰਜਾਬ ਦੀ ਸੱਤਾ ਚਲਾਉਂਦਾ ਚਿੱਟਾ ਨਾ ਵੇਚਦਾ ਮਜੀਠੀਆ ਰੇਤਾ ਚੋਰੀ ਨਾ ਹੁੰਦੀ ਟਰਾਂਸਪੋਰਟ ਮਾਫੀਆ ਬਣਾ ਕੇ ਕੇਬਲ ਮਾਫੀਆ ਬਣਾ ਕੇ ਸਟੇਟ ਨੂੰ ਲੁੱਟਿਆ ਜਾਂਦਾ ਇਹਨਾਂ ਦੀ ਪੋਜੀਸ਼ਨ NDA ਦੇ ਅੰਦਰ ਮਜ਼ਬੂਤ ਹੁੰਦੀ ਇਹਨਾਂ ਦੀਆਂ ਬੇਈਮਾਨੀਆਂ ਲੁੱਟ ਮਾਫੀਆ ਕਾਰਨ NDA ਦੇ ਅੰਦਰ ਇਹਨਾਂ ਦੀ ਪੋਜੀਸ਼ਨ 84 ਤੋਂ ਵੀ ਮਾੜੀ ਸੀਗੀ ਕਿਤੇ ਨਹੀਂ ਸੀ ਪੁੱਛਿਆ ਜਾਂਦਾ ਇਹਨਾਂ ਨੂੰ ਜੇ ਪੋਜੀਸ਼ਨ ਚੰਗੀ ਹੁੰਦੀ ਤਾਂ ਖੇਤੀ ਸੁਧਾਰ ਆਰਡੀਨੈਂਸ ਲਿਆਉਣ ਦੀ ਮੋਦੀ ਗਵਰਨਮੈਂਟ ਜੁੱਤ ਨਾ ਕਰਦੀ ਉਹਨਾਂ ਨੂੰ ਪਤਾ ਵੀ ਇਹ ਤਾਂ ਚੰਦ ਛਿਲੜਾਂ ਦੇ ਟੁੱਕਰਾਂ ਦੇ ਭੁੱਖੇ ਹੈਗੇ ਇਹਨਾਂ ਨੂੰ ਟੁੱਕਰ ਪਾ ਦਿਓ ਚੁੱਪ ਕਰ ਜਾਂਦੇ ਆ ਅੱਜ ਮੇਰਾ ਸਵਾਲ ਹੈਗਾ ਸੁਖਬੀਰ ਬਾਦਲ ਜੀ ਅਕਾਲੀ ਦਲ ਵਾਲਿਓ ਤੁਸੀਂ NDA ਨਾਲੋਂ ਨਾਤਾ ਤੋੜ ਲਿਆ 2019 ਸੁਨਾਮੀ ਸੀ ਮੋਦੀ ਦੀ ਸੁਨਾਮੀ ਦੇ ਅੰਦਰ ਲੁਧਿਆਣੇ ਤੋਂ ਰਵਨੀਤ ਬਿੱਟੂ MP ਨਾ ਬਣਦੇ ਜੇ ਅਕਾਲੀ ਦਲ ਅਤੇ BJP ਇਕੱਠੇ ਨਾ ਹੁੰਦੇ ਅਕਾਲੀਆਂ ਦਾ ਕੈਂਡੀਡੇਟ 1.25 ਲੱਖ ਖੜਾ ਸੀਗਾ ਸੁਖਬੀਰ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕਦੇ ਮੈਂਬਰ ਪਾਰਲੀਮੈਂਟ ਨਾ ਬਣਦੇ ਇਹ ਜਿਹੜਾ ਤੁਸੀਂ ਕਹਿੰਦੇ ਨਾ ਐਟਮ ਬੰਬ ਸਿੱਟ ਦਿੱਤਾ ਇਹ ਤੁੱਕੀ ਬੰਬ ਆ ਉਹ ਵੀ ਠੁੱਸ ਹੋ ਗਿਆ ਤੁਹਾਡਾ ਐਟਮ ਬੰਬ ਆ ਤੁਸੀਂ ਅਤੇ ਤੁਹਾਡੀ ਧਰਮ ਪਤਨੀ ਦੇਵੇ ਰਿਜ਼ਾਈਨ ਲੋਕ ਸਭਾ ਸੀਟਾਂ ਤੋਂ ਤੁਸੀਂ ਲੜੋ ਦੁਬਾਰਾ ਤੁਸੀਂ BJP ਨੂੰ ਫਿਰ ਕਹੋ ਜਿੱਤਣ ਤੋਂ ਬਾਅਦ ਵੀ ਅਸੀਂ ਤੁਹਾਡੇ 'ਤੇ ਐਟਮ ਬੰਬ ਸੁੱਟਿਆ ਇਹ ਖਤਮ ਆ ਹੁਣ ਇਹਨਾਂ ਦਾ ਕਾਊਂਟਡਾਊਨ ਸਟਾਰਟ ਹੋ ਗਿਆ ਇਹਨਾਂ ਨੇ ਰਾਜਨੀਤਿਕ ਤੌਰ 'ਤੇ ਆਖਰੀ ਪੱਤਾ ਖੇਡਿਆ ਉਹ ਆਖਰੀ ਪੱਤਾ ਮੈਂ ਦੱਸ ਦਿੰਦਾ ਮਜੀਠੀਆ ਆਪਣਾ ਪਾਸਪੋਰਟ ਤਿਆਰ ਰੱਖੇ ED ਨਿਰੰਜਨ ਸਿੰਘ ਹੁਣੀ ਯਾਦ ਆ ਤੁਹਾਨੂੰ ਉਹ ਕਿਹਦੇ ਦਬਾਅ ਕਰਕੇ ਫਾਈਲਾਂ ਬੰਦ ਪਈਆਂ ਨੇ ਉਹ ਫਾਈਲਾਂ ਖੁੱਲਣਗੀਆਂ ਪੰਜਾਬ ਦੇ ਅੰਦਰ ਟਰਾਂਸਪੋਰਟ ਮਾਫੀਆ ਦਿੱਲੀ ਤੱਕ ਦੰਦਰਾਂ ਬੱਸਾਂ ਇੰਡੋ ਕੈਨੇਡੀਅਨ ਉਹ ਕਿਹਦੇ ਛਤਰਛਾਇਆ ਹੇਠ ਉਹ ਮੋਦੀ ਐਂਡ BJP ਦੀ ਛਤਰਛਾਇਆ ਹੇਠ ਸੋ ਹੁਣ ਖੇਡਾ ਤਾਂ ਬੜਾ ਸਿਆਣਪ ਨੂੰ ਸੀ ਸਿਆਣਾ ਕਾਂ ਗੰਦ 'ਚ ਠੂੰਗੇ ਮਾਰਦਾ ਤੁਸੀਂ ਮੇਰੀ ਗੱਲ ਨੋਟ ਕਰ ਲਿਓ 2022 ਦੇ ਵਿੱਚ ਅਭੇ ਚੁਟਾਲਾ ਐਂਡ ਕੰਪਨੀ ਜਿਹੜੇ ਯਾਰ ਆ ਇਹਨਾਂ ਦੇ ਇਸ ਟੱਬਰ ਦਾ ਹਾਲ ਉਹਨਾਂ ਤੋਂ ਵੀ ਮਾੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ NDA ਤੋਂ ਅਲੱਗ ਹੋਣ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਨਾਟਕ ਦੱਸਿਆ
हरीश रावत ने कहा कि पहला तो अकाली दल ने बीजेपी को समा दिता कि कोई हल निकल आवे अते वस ना चलिया तो यह नाटक खेडिया गया। अकाली दल का एनडीए से अलग होना एक नाटक का अगला चरण है। पहला नाटक किया मंत्रिमंडल से इस्तीफे का और तब भी गुंजाइश बना करके रखी कि कुछ बातचीत निकल आए, कुछ फेस सेविंग हो जाए ताकि फिर मंत्रिमंडल में जा सके। जब ऐसी गुंजाइश नहीं बनी और पंजाब के किसानों का गुस्सा देखा तो पंजाब की एंट्री पॉइंट को बंद होते देखकर शिरोमणि अकाली दल ने फैसला, जिसको तलाक कह रहे हैं, तलाक कर लिया। और तलाक की बात को उस दिन भी कही जिस दिन मंत्रिमंडल छोड़ा, लेकिन उसके बाद क्यों इतने दिन प्रतीक्षा की। एनडीए नालों गठजोड़ तोड़न तो बाद श्रोमणी अकाली दल उपर विरोधी पार्टियां वालों लगातार बयान दिते जा रहे ने। संसद मैंबर रवनीत सिंह बिट्टू ने कहा कि श्रोमणी अकाली दल ने बीजेपी तो फायदे लैण तो बाद अज गठजोड़ तोड़ लिता है। ते जदों सारे बिल पास हो गए हुण कहिंदे माइक नहीं चलण दित्ता, जे सवेरे आके कहिंदे किहड़ा माइक ना चलण दिंदा, ते उस वेले जदों पास हो गए बिल घरे जाके चोरी इस्तीफा देता, बंब घरे ही चला लिया, उस गल दा फायदा की होया। ते जिहड़ी दूजी गल आ, अज तुसीं एनडीए दी गल कर रहे हो, बाहर निकल गए जे किसानां नूं की फायदा, चलो उन्हां दी अपनी सियासत आ उन्होंने करनी आ, पर मैनू ये दसो तुसीं एनडीए चो बाहर निकलण दा, इन्हां दी तां मैरिज ऑफ कन्वीनियंस सीगी, जदों दा ब्याह हो गया हुण बुढ़ापे दे विच डिवोर्स करता, हुण तां जिहड़ा कुछ करना सी नज़ारे लैणे सी तुसीं उह लै ले तुसीं दोनों जणियां ने, ते हुण तुसीं ऐवें दसो, मैं तां हैरान हाँ। कोई बंदा नहीं, बीबी जी सुखवीर जी ट्रैक्टर चला रहे, बीबी कदे नाल बैठे आ, खेतों च कदे ट्रैक्टर चलाया नहीं, तो हुण तुसीं ये मॉडलिंग कि करन लगे हो, इहदा की फायदा। जे ट्रैक्टर मारना जाके मारो मोदी के दरां च, मारो जिहड़ा इहदे इहदे हक च गल करदा जिहड़ा किसान आ उहदे मारो। मैं तो बहुत तकड़ा समझदा सी, मैं तो देखो मजीठिया साहब भागू साडा जरनैल जिहड़ा माझे दा, मैं तो समझदा सी वह बड़क आ जिहड़ी जिवें विधानसभा च मारदा वह इन्हां नूं भी माड़ी मोटी ट्रेनिंग देण दा। मजीठिया साहब ये तो जमें ही फेल हो गए, अपना जिहड़ा जमाई साहब आ उन्हां नूं माड़ी मोटी चाबी लाउंदे, ते मैं हैरान हाँ भी जिहड़ा मजीठिया साहब जिहड़ियां गल्लां करदे ने वह माड़ी मोटी कोई ना कोई गल लिख के ही दे देंदे इन्हां नूं भी ये उस जबान च बोल लेंदे। मैं ये नहीं कहिंदा मजीठिया दे कोई मैं हक च गल करना, पर जदों वह बोलदा तो जुरत नाल, ये तो बोल ही नहीं सकना, घुंगरू पै गए जो बोलते, इन्हों माड़ा मोटा सुका के भेजता बी अपनी बड़े भैन जी नूं जदन गए सी कैबिनेट च उत्थे बोलते पाते उत्थे गा, तो इस करके ना तो सुखबीर बोलिया कुछ, कहने माइक बंद करता, माइक उन्हों की ऐसी तैसी माइक बंद, किमें कोई माइक बंद कर दूगा। एनडीए के सब तो पुराने अलायंस पार्टनर हो तुसीं, तो थोड़ा एक प्रधान दा मेरा ना बंद कर लिया माइक उन्होंने, तो थोड़ा तो तुसीं तां साथी हो, थोड़ा माइक किमें बंद करते। एनडीए नालों गठजोड़ तोड़न तो बाद श्रोमणी अकाली दल उपर विरोधी पार्टियां वालों लगातार बयान दिते जा रहे ने। संसद मैंबर रवनीत सिंह बिट्टू ने कहा कि श्रोमणी अकाली दल ने बीजेपी तो फायदे लैण तो बाद अज गठजोड़ तोड़ लिता है। अकाली दल तो बीजेपी खेड़ा छुड़ाउण नूं फिरदी सी, क्योंकि 10 साल जिस तरीके का अकाली दल का माड़ा राज भाग रहा, तो अज हालात ये बने पए ने कि अकाली दल ने बीजेपी तो खेड़ा छुड़ाउण दे विच ही अपनी बेहतरी समझी आपका सियासी वजूद बचा के रखने के लिए। सो ये सिर्फ और सिर्फ सियासी ड्रामेबाजी है, उस तो बाद कुछ नहीं है, 0+0=0 ही रहने, चाहे ये कट्ठे होके लड़ लैन चाहे अलग अलग होके लड़ लैन। पंजाब दे लोक जिस तरीके दे नाल इन्हां दोनों पार्टियां ने पंजाब दे लोकां दे नाल धरोह कमाया, पंजाब दी किसानी नूं पंजाब दी जवानी नूं बर्बाद कीता, कदे भी उहदे लई माफ नहीं करनगे। देखिए जो स्वार्थ के आधार पे हो, लालच के आधार पे हो तो गठबंधन टूटना ही था, क्योंकि उन्होंने ये धमकी दी थी बीजेपी वालों ने कि अकाली दल वालों अगर पंजाब में आपको कुर्सी चाहिए तो आपको ये किसान का बिल वहां लागू कराना पड़ेगा, किसानों को मनाना पड़ेगा। आपने बहुत से हथकंडे अपनाए, आपने बहुत सी कोशिशें की किसानों को मूर्ख बनाने के लिए, आपने किसानों को मूर्ख बनाने में आप नाकामयाब रहे, और आपने कहा हमने गठबंधन तोड़ दिया, बीजेपी ने कहा इन्हें बाहर का रास्ता दिखा दिया, ये लालच और स्वार्थ के लिए गठबंधन था। आपने पंजाब का
बेड़ा गर्क किया है। किसानों के खिलाफ साजिश में आप शामिल थे, आपका जब लालच पूरा नहीं हुआ, आप किसानों की बात करते हो, आपका चेहरा नंगा हो गया, बिल्ली थैले से बाहर हो गई। और ये दोनों पार्टियां बीजेपी और अकाली दल, ये किसान विरोधी है, पंजाब विरोधी है, देश विरोधी। अकाली दल 100 साल पुरानी पार्टी है, ये मिनोरिटी दी, किसानी दी, मजदूर दी, गरीब दी पार्टी गिनी जाती है। इस करके जो किसानी दे बिल आए, इहदा सारे देश दे किसान ते असर होना है, पंजाब दे किसान ते बहुत वड्डा असर होना है, इत्थों दे मजदूर ते होना है, दुकानदार ते पैणा, आढ़तियां ते पैणा है। तां असीं बार बार उन्हूं समझाया कि पुराने साथियां साडी गल मान लो, जदों उन्होंने साडी गल नहीं मन्नी तां असीं उन्हूं कहता कि हुण साडी वोट भी उल्ट पएगी और असीं इस्तीफा भी, साडा इह तां राइट बणदा देणा देणा, तो समझौता भी साढ़ा किवें चल सकता जो असी इस्तीफा देता, असी उनके खिलाफ मुजाहरे धरने करांगे, असी जदोजहद करांगे, तो फिर असी हिस्सा किवें रह सकते। इस तुहानू अपने अंदाजा लगता, असी बार बार मिल के दो महीने तो कहते रहे हैं तो गल नहीं मनी गई किसानों की, तो इस तो सारिया गल्लां साबित होंदियां ने। बादल साहब तो बड़े सियाने से, कांग्रेस जुल्म करती सी, सारिया पार्टियां इकट्ठा किया, कांग्रेस को बदलिया, हुण उही गल इन्होंने करती, किसानों के केड्डा वड्डा धक्के वाला बिल लैके आए ने, स्वीकार ने। ਹੁਣ ਅੱਗੇ ਦੀ ਕੀ ਰਣਨੀਤੀ? ਅੱਗੇ ਦੀ ਰਣਨੀਤੀ ਸਾਰੇ ਇਕੱਠੇ ਹੋਵਾਂਗੇ, ਦੇਸ਼ ਦੇ ਕਿਸਾਨ ਦੀ ਆਵਾਜ਼ ਇੱਕ ਕਰਾਂਗੇ, ਇੱਕ ਪਲੇਟਫਾਰਮ 'ਤੇ ਇਕੱਠੇ ਕਰਾਂਗੇ, ਸ਼ਾਂਤਮਈ ਜੋ ਲੋਕ ਰਾਜੀ ਢੰਗ ਹੁੰਦਾ ਉਹਦੇ ਲੜਾਈ ਲੜਾਂਗੇ, ਅਖੀਰ ਜਿੱਤ ਕਿਸਾਨ ਦੀ ਹੋਣੀ ਹੈ। NDA ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਗਠਬੰਧਨ ਨਹੀਂ ਤੋੜਿਆ ਹੈ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਿਆ। ਨਹੀਂ ਨਹੀਂ, ਉਹਨਾਂ ਨੇ ਆਪਣੇ ਤੌਰ 'ਤੇ ਅਸਤੀਫਾ ਦੇ ਦਿੱਤਾ ਹੈਗਾ, ਮਤਲਬ ਅਸੀਂ ਇਹ ਥੋੜ੍ਹੀ ਕਿਹਾ ਕਿ ਵੀ ਉਦੋਂ ਤੱਕ ਤਾਂ ਉਸ ਤੋਂ ਪਹਿਲਾਂ ਤਾਂ ਅਸੀਂ ਕਹਿ ਰਹੇ ਸੀਗੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਕਹਿ ਰਹੇ ਸੀਗੇ ਕਿ ਅਸੀਂ ਆਰਡੀਨੈਂਸ ਜਿਹੜੇ ਹੈਗੇ ਆ ਉਹ ਕਿਸਾਨਾਂ ਦੇ ਹੱਕ 'ਚ ਹੈ, ਔਰ ਸ਼੍ਰੀਮਤੀ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਉਹ ਵੀ ਕਹਿ ਰਹੇ ਸੀਗੇ ਕਿ ਵੀ ਹੱਕ 'ਚ ਹੈਗੇ ਆ, ਸੋ ਸਕਦਾ ਉਹਨਾਂ ਨੇ ਯੂ ਟਰਨ ਲਿੱਤਾ ਹੈ। ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੱਸ ਸਕਦਾ ਨਾ ਕੀ ਨਾਰਾਜ਼ਗੀ ਸੀਗੀ। ਜਿੱਦ ਤੱਕ ਸਵਾਲ ਇਹ ਹੈਗਾ ਕਿ ਵੀ ਉਦੋਂ ਤੱਕ ਤੁਸੀਂ ਇਹ ਦੇਖੋ ਕਿ ਵੀ ਉਹ ਕਹਿੰਦੇ ਸੀ ਬਿੱਲ ਬਹੁਤ ਵਧੀਆ ਹੈ ਜਿਹੜੇ ਆਰਡੀਨੈਂਸ ਦੇ ਕੇ ਕਿਸਾਨਾਂ ਦੇ ਹੱਕ 'ਚ ਹੈ, ਫਿਰ ਜਿਹੜੇ ਹੈਗੇ ਸਭ ਤੋਂ ਸੀਨੀਅਰ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਕਿਉਂਕਿ ਪੰਜਾਬ ਦੇ ਸੀਨੀਅਰ ਨੇਤਾ ਸਭ ਤੋਂ, ਉਹਨਾਂ ਨੇ ਵੀ ਬਿਆਨ ਦਿੱਤਾ ਕਿ ਵੀ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਹੈ ਨਾ ਆਰਡੀਨੈਂਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਆਮਦਨ ਹੈਗੀ ਉਹ ਵਧਾਏਗੀ। ਤੁਸੀਂ ਕਿਉਂ ਕੀਤਾ ਹੈਗਾ ਉਹ ਤਾਂ ਉਹਨਾਂ ਨੂੰ ਬਿਹਤਰ ਦੱਸ ਸਕਦੇ ਨਾ। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ, ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ TV ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।